ਅਧਿਆਪਕਾਂ ਤੋਂ ਬਿਨਾਂ ਬੱਚਿਆਂ ਨੂੰ ਪੜ੍ਹਾਉਣ ਦੇ ਕੋਈ ਵੀ ਕੰਮ ਨਹੀਂ ਲਿਆ ਜਾਵੇਗਾ। ਇਹ ਬੋਲ ਮੇਰੇ ਨਹੀਂ, ਇਹ ਬੋਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨੇ। ਸੱਤਾ 'ਚ ਆਉਣ ਤੋਂ ਪਹਿਲਾਂ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਅਧਿਆਪਕਾਂ ਤੋਂ ਸਿਰਫ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਲਿਆ ਜਾਵੇਗਾ, ਨਾ ਵੋਟਰ ਕਾਰਡ ਦਾ ਨਾ ਕੋਈ ਹੋਰ ਕੰਮ। ਪਰ ਪਹਿਲੀਆਂ ਸਰਕਾਰਾਂ ਤਾਂ ਅਧਿਆਪਕਾਂ ਤੋਂ ਸਿਰਫ ਕੇਵਲ ਇਹੀ ਕੰਮ ਲੈਂਦੀਆਂ ਸੀ। ਮਾਨ ਸਰਕਾਰ ਜੋ ਬਦਲਾਅ ਦੇ ਨਾਂ 'ਤੇ ਆਈ ਹੈ, ਉਹਨਾਂ ਨੇ ਤਾਂ ਹੱਦ ਹੀ ਕਰ ਦਿੱਤੀ। 17 ਤਰੀਕ ਨੂੰ ਮੌੜ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਰੈਲੀ ਹੈ। ਉਸ ਰੈਲੀ ਦੇ ਚੱਲਦਿਆਂ CM ਸਿਕਿਉਰਿਟੀ ਨੂੰ ਠਹਿਰਾਉਣ ਲਈ ਮੌੜ ਦੇ ਤਕਰੀਬਨ 6 ਸਕੂਲਾਂ ਦੇ ਵਿੱਚ ਛੁੱਟੀ ਕਰਵਾ ਦਿੱਤੀ ਗਈ ਹੈ। 6 ਸਕੂਲਾਂ ਦੇ ਵਿੱਚ ਛੁੱਟੀ ਕਰਵਾ ਦਿੱਤੀ ਗਈ ਹੈ। 16 ਤਰੀਕ ਦੀ, 17 ਦਾ ਐਤਵਾਰ ਹੈ, 16 ਤਰੀਕ ਦੀ ਛੁੱਟੀ ਕਰਵਾ ਦਿੱਤੀ ਗਈ ਹੈ। ਅਤੇ ਵਜ੍ਹਾ ਕੀ ਹੈ ਕਿ ਉਹਨਾਂ ਸਕੂਲਾਂ ਦੇ ਵਿੱਚ CM ਸਿਕਿਉਰਿਟੀ ਨੇ ਇੱਕ ਦਿਨ ਪਹਿਲਾਂ ਆ ਕੇ ਠਹਿਰਨਾ ਹੈ, ਅਤੇ ਸਕੂਲ ਦੇ ਮੁੱਖ ਅਧਿਆਪਕਾਂ ਨੂੰ, ਪ੍ਰਿੰਸੀਪਲ ਨੂੰ ਜਾਂ ਜੋ ਹੈੱਡ ਟੀਚਰ ਹੈ ਉਹਨਾਂ ਨੂੰ ਇਹ ਹਦਾਇਤ ਜਾਰੀ ਹੋ ਗਈ ਹੈ ਕਿ ਤੁਸੀਂ ਸਿਕਿਉਰਿਟੀ ਦੇ ਲਈ ਨਹਾਉਣ ਦਾ, ਧੋਣ ਦਾ, ਸਫਾਈ ਦਾ ਪ੍ਰਬੰਧ ਕਰਨਾ, ਨਾਲ ਹੀ ਤੁਸੀਂ ਉੱਥੇ ਹਾਜ਼ਰ ਰਹਿਣਾ 2 ਦਿਨ, ਤੁਸੀਂ 2 ਦਿਨ ਹਾਜ਼ਰ ਰਹਿਣਾ, ਸਾਰਾ ਪ੍ਰਬੰਧ ਦੇਖਣਾ ਹੈ, ਅਤੇ ਬੱਚਿਆਂ ਨੂੰ ਛੁੱਟੀ ਕਰ ਦਿਓ 16 ਤਰੀਕ ਦੀ। ਮਾਨ ਸਾਹਿਬ ਦੀ ਸਰਕਾਰ ਸਿੱਖਿਆ ਕ੍ਰਾਂਤੀ ਦਾ ਵਾਅਦਾ ਲੈ ਕੇ ਆਈ ਸੀ, ਅਤੇ ਹੁਣ ਵੀ ਬੋਰਡ ਲੱਗ ਰਹੇ ਆ ਕਿ ਪੰਜਾਬ 'ਚ ਸਿੱਖਿਆ ਕ੍ਰਾਂਤੀ ਆ ਗਈ ਹੈ। ਪਰ ਅਸਲ ਸਿੱਖਿਆ ਕ੍ਰਾਂਤੀ ਤੁਸੀਂ ਦੇਖੋ ਕਿ ਅਧਿਆਪਕਾਂ ਤੋਂ ਇਹ ਕਹਿਣਾ ਕਿ ਅਸੀਂ ਤੁਹਾਡੇ ਤੋਂ ਬਿਨਾਂ ਬੱਚਿਆਂ ਦੀ ਪੜ੍ਹਾਈ ਤੋਂ ਹੋਰ ਕੰਮ ਨਹੀਂ ਲੈਣਾ, ਪਰ ਲਿਆ ਕੀ ਜਾ ਰਿਹਾ ਜੀ, ਬੱਚਿਆਂ ਦੀ ਛੁੱਟੀ ਵੀ ਕਰਵਾਈ ਜਾ ਰਹੀ ਹੈ। ਅਧਿਆਪਕਾਂ ਦੀ ਇਹ ਨਿਗਾ ਕਿ ਉਹ CM ਸਿਕਿਉਰਿਟੀ ਦੇ ਰਹਿਣ ਦਾ, ਨਹਾਉਣ ਦਾ, ਧੋਣ ਦਾ, ਖਾਣ ਦਾ, ਪੀਣ ਦਾ ਉੱਥੇ ਪ੍ਰਬੰਧ ਕਰਨਾ, ਸਾਫ਼ ਸਫਾਈ, ਪਾਣੀ, ਬਿਜਲੀ ਦਾ ਪ੍ਰਬੰਧ ਕਰਨਾ। ਇਹ ਮੈਂ ਨਹੀਂ ਕਹਿ ਰਿਹਾ, ਲੈਟਰ ਜਾਰੀ ਹੋਈ ਹੈ ਬਠਿੰਡਾ ਦੇ ਜਿਹੜਾ DO ਸਾਹਿਬ ਵੱਲੋਂ, ਜ਼ਿਲ੍ਹਾ ਦਫ਼ਤਰ, ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ, ਉੱਥੋਂ ਜਿਹੜੀ ਹਦਾਇਤ ਜਾਰੀ ਹੋਈ ਹੈ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਦੀ ਰੈਲੀ ਮੌਕੇ ਮੌੜ ਦੇ ਸਰਕਾਰੀ ਸਕੂਲਾਂ ਵਿੱਚ ਪ੍ਰਬੰਧ ਕਰਨ ਸੰਬੰਧੀ, ਉਪਰੋਕਤ ਵਿਸ਼ੇ ਸੰਬੰਧੀ ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਦੀ ਰੈਲੀ ਵਿੱਚ ਮੌੜ ਵਿਖੇ ਸਰਕਾਰੀ ਸਕੂਲਾਂ ਵਿੱਚ ਸਿਕਿਉਰਿਟੀ ਦੇ ਠਹਿਰਨ ਦਾ ਪ੍ਰਬੰਧ ਕੀਤਾ ਜਾਣਾ ਹੈ। ਇਸ ਲਈ ਨਿਮਨ ਲਿਖਤ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਸਿਕਿਉਰਿਟੀ ਦੇ ਠਹਿਰਨ ਅਤੇ ਇੰਤਜ਼ਾਮ ਲਈ 16/12/2023 ਨੂੰ ਵਿਦਿਆਰਥੀਆਂ ਨੂੰ ਛੁੱਟੀ ਕਰ ਦਿੱਤੀ ਜਾਵੇ, ਕਿਉਂਕਿ ਮਿਤੀ 15/12/2023 ਨੂੰ ਸ਼ਾਮ ਨੂੰ CM ਸਿਕਿਉਰਿਟੀ ਨਿਮਨ ਲਿਖਤ ਸਕੂਲਾਂ ਵਿੱਚ ਠਹਿਰਾਈ ਜਾਵੇਗੀ। CM ਸਾਹਿਬ ਨੇ 17 ਨੂੰ ਆਉਣਾ, ਸਿਕਿਉਰਿਟੀ 15 ਨੂੰ ਪਹੁੰਚ ਜਾਣੀ ਹੈ। ਇਹ ਵੀ ਹਦਾਇਤ ਕੀਤੀ ਜਾਂਦੀ ਹੈ ਕਿ 17/12/2023 ਦੀ ਸ਼ਾਮ ਤੱਕ ਸਕੂਲ ਮੁਖੀ ਸਕੂਲ ਵਿੱਚ ਮੌਜੂਦ ਰਹਿਣ ਅਤੇ ਸਕੂਲ ਵਿੱਚ ਬਿਜਲੀ, ਪਾਣੀ ਅਤੇ ਸਾਫ਼ ਸਫਾਈ ਦਾ ਪ੍ਰਬੰਧ ਕੀਤੇ ਜਾਣ। ਸਕੂਲਾਂ ਦੇ ਨਾਮ ਵੀ ਦੱਸਦੀ ਹੈ, GPS ਮੌੜ ਮੰਡੀ, ਗੌਰਮੈਂਟ ਪ੍ਰਾਇਮਰੀ ਸਕੂਲ ਮੌੜ ਮੰਡੀ, ਗੌਰਮੈਂਟ ਹਾਈ ਸਕੂਲ ਮੌੜ ਮੰਡੀ, ਗੌਰਮੈਂਟ ਪ੍ਰਾਇਮਰੀ ਸਕੂਲ ਮੌੜ ਮੰਡੀ, ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਮੌੜ ਕਲਾਂ, ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਮੌੜ ਖੁਰਦ ਅਤੇ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਮੌੜ ਮੰਡੀ। ਇੰਨੇ ਸਕੂਲਾਂ ਦੇ ਵਿੱਚ ਤਾਂ CM ਸਾਹਿਬ ਦੀ ਸਿਕਿਉਰਿਟੀ ਠਹਿਰੇਗੀ, ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋਣੀ ਹੈ। ਜਿਹੜੇ ਸਕੂਲ ਦੇ ਮੁਖੀ, ਜਿਹੜਾ ਅਧਿਆਪਕ ਜਾਂ ਪ੍ਰਿੰਸੀਪਲ, ਜਿਹੜਾ ਕਿ ਰਾਸ਼ਟਰ ਨਿਰਮਾਤਾ ਹੁੰਦਾ, ਉਹ ਸਿਕਿਉਰਿਟੀ ਦੇ ਰਹਿਣ ਕਰਨ ਦਾ ਪ੍ਰਬੰਧ ਕਰੇਗਾ ਅਤੇ ਉੱਥੇ ਬੈਠਾ ਝਾਕੇਗਾ ਕਿ ਕਦੋਂ ਇਹ ਜਾਣਗੇ ਅਤੇ ਕਦੋਂ ਮੇਰਾ ਖਹਿੜਾ ਛੁੱਟੇਗਾ। ਮਾਨ ਸਾਹਿਬ ਸਿਕਿਉਰਿਟੀ ਨੂੰ ਲੈ ਕੇ ਵੀ ਦੂਜਿਆਂ ਨੂੰ ਟਿੱਚਰਾਂ ਕਰਦੇ ਰਹੇ ਆ, ਅਤੇ ਹੁਣ ਇਹਨਾਂ ਦੀ ਸਿਕਿਉਰਿਟੀ 2-2-3-3 ਦਿਨ ਪਹਿਲਾਂ ਹੀ ਉਹਨਾਂ ਜਗ੍ਹਾ 'ਤੇ ਪਹੁੰਚ ਜਾਂਦੀ ਹੈ ਜਿੱਥੇ ਇਹਨਾਂ ਦੀ ਕੋਈ ਰੈਲੀ ਹੋਣੀ ਹੁੰਦੀ ਹੈ। ਫਿਰ ਉਹਨਾਂ ਸਕੂਲਾਂ ਦੇ ਉੱਤੇ ਜਿਹੜੀ ਹੈ, ਜਿਸ ਤਰੀਕੇ ਨਾਲ ਸਿਕਿਉਰਿਟੀ ਠਹਿਰਾਉਣ ਨੂੰ ਲੈ ਕੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ, ਅਧਿਆਪਕਾਂ ਦੀ ਜਿਹੜੀ ਹੈ ਉਹਦੇ ਨੌਕਰੀ ਦੀ ਦੁਰਵਰਤੋਂ ਕਰਨੀ, ਇਹੀ ਗੱਲਾਂ ਦਾ ਬਦਲਾਅ ਸੀ ਅਤੇ ਇਹੀ ਗੱਲਾਂ ਕਹਿ ਕੇ ਸਰਕਾਰ ਸੱਤਾ ਵਿੱਚ ਆਈ ਸੀ। ਕੀ ਮਾਨ ਸਾਹਿਬ ਸਹੀ ਕਰ ਰਹੇ ਨੇ ਕਿ ਇਸ ਤਰੀਕੇ ਦੇ ਨਾਲ ਸਿਕਿਉਰਿਟੀ, ਜਿਹੜੇ ਕਹਿੰਦੇ ਸੀ ਮੁਰਗੀ ਖਾਨਾ ਖੋਲ੍ਹ ਲਓ ਅਤੇ ਅੱਜ 3-3 ਦਿਨ ਪਹਿਲਾਂ ਉਹਨਾਂ ਦੀਆਂ ਸਿਕਿਉਰਟੀਆਂ ਆ ਜਾਂਦੀਆਂ, ਕੀ ਇਹ ਸਾਰਾ ਕੋਈ ਸਹੀ ਹੈ? ਕੀ ਸਿਕਿਉਰਿਟੀ ਨੂੰ ਠਹਿਰਾਉਣ ਲਈ ਕੋਈ ਉੱਥੇ ਧਰਮਸ਼ਾਲਾ, ਕੋਈ ਪੈਲਸ,
ਕੋਈ ਹੋਟਲ ਉਹ ਬੁੱਕ ਕਰਵਾ ਲੈਂਦੇ। ਖਰਚਾ ਤਾਂ 50 ਸਿਰ ਬੱਸਾਂ ਦਾ ਵੀ ਪੈ ਰਿਹਾ, 50 ਸਿਰ ਉਹ ਟੈਂਟਾਂ ਦਾ ਵੀ ਪੈਣਾ, ਉਹ ਕੁਰਸੀਆਂ ਦਾ ਵੀ ਪੈਣਾ, ਅਤੇ 50 ਸਿਰ ਇੱਕ ਹੋਰ ਖਰਚਾ ਪੈ ਜਾਂਦਾ ਕਿ ਚਲੋ ਤੁਸੀਂ ਸਕੂਲ ਦੀ ਥਾਂ 'ਤੇ ਕੋਈ ਧਰਮਸ਼ਾਲਾ ਕੋਈ ਪੈਲਸ ਬੁੱਕ ਕਰਵਾ ਲੈਂਦੇ। ਪਰ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਕਰਕੇ ਕਿਹੜੀ ਸਿੱਖਿਆ ਕ੍ਰਾਂਤੀ ਲਿਆਉਣ ਜਾ ਰਹੇ ਨੇ? ਮਾਨ ਸਾਹਿਬ ਦਾ ਜਵਾਬ ਜ਼ਰੂਰ ਦੇਣ।